ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ। ਹੰਸਰਾਜ ਹੰਸ ਲਗਾਤਾਰੀ ਬਿਆਨ ਜਿਹੜੇ ਕਿਸਾਨਾਂ ਦੇ ਵਿਰੁੱਧ ਨੇ ਉਹਨਾਂ ਦੇ ਸੀ, ਜਿਹੜੇ ਹੰਸਰਾਜ ਵਰਗੇ ਆਹ ਕਲਾਕਾਰ ਹੈ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਨਹੀਂ। ਸੁਖਬੀਰ ਜੀ, ਅੱਜ ਵੀ ਅੱਜ ਧੁੱਪ 'ਚ ਕਿਤੇ ਨਿਕਲੇ ਨਹੀਂ, ਏਸੀਆਂ 'ਚ ਰਹਿਣ ਵਾਲੇ ਹੈ ਅਤੇ ਇਹਨਾਂ ਨੂੰ ਪਤਾ ਨਹੀਂ ਕਿਸ ਕਿਹੜੀ ਤਕਲੀਫ।